ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਸ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਤੌਰ ਤਰੀਕੇ ਨਾਲ ਲੋਕਾਂ ਵਿੱਚ ਜਾ ਰਹੀਆਂ ਹਨ ਅਤੇ ਨਵੇਂ ਨਵੇਂ ਸੰਗਠਨ ਤਿਆਰ ਕਰ ਰਹੀਆਂ ਹਨ, ਜਿਸ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਹਲਕਾ ਤਲਵੰਡੀ ਸਾਬੋ ਵਿੱਚ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਬੂਥ ਲੈਵਲ 'ਤੇ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਸਿੰਗੋ ਮੰਡੀ ਵਿੱਚ ਇੱਕ ਬੂਥ ਲੈਵਲ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚੇ। ਕੀ ਕਿਹਾ ਇਸ ਸੰਬੰਧੀ ਉਹ ਤੁਹਾਨੂੰ ਸੁਣਾ ਦਿੰਦੇ। ਦੇਖੋ, ਅਸੀਂ ਆਪਦੇ ਜਿਹੜੇ ਬਲਾਕ ਦੇ ਮੰਡਲਾਂ ਦੀਆਂ ਅਸੀਂ ਮੀਟਿੰਗਾਂ ਕਰ ਰਹੇ ਹਾਂਗੇ। ਸਿੰਗੋ ਸਾਡਾ ਵੱਡਾ ਮੰਡਲ ਹੈਗਾ, ਇਹਦੇ 24 ਪਿੰਡ ਪੈਂਦੇ ਨੇਗੇ। ਅੱਜ 12 ਪਿੰਡਾਂ ਦਾ ਇਕੱਠ ਅਸੀਂ ਸਿੰਗੋ ਕੀਤਾ ਗਾ। ਇਕੱਠ ਨਹੀਂ ਹੈਗਾ, ਇਹ ਸਾਡੇ ਜਿਹੜੇ ਸ਼ਕਤੀ ਕੇਂਦਰ ਦੇ ਇੰਚਾਰਜ ਨੇ ਅਤੇ ਜਿਹੜੇ ਬੂਥਾਂ ਦੇ ਇੰਚਾਰਜ ਨੇ, ਇਕੱਲੇ ਉਹ ਬੁਲਾਏ ਹੋਏ ਨੇਗੇ। ਉਹਨਾਂ ਨੂੰ ਅਸੀਂ ਹੱਲਾਸ਼ੇਰੀ ਦੇ ਰਹੇ ਹਾਂਗੇ। ਇਦੂ ਬਾਅਦ ਅਸੀਂ ਜਾਣਾਗਾ ਕੌਰਿਆਣੇ ਪਿੰਡ, 3:30 ਉੱਥੇ ਸਾਡਾ ਪ੍ਰੋਗਰਾਮ ਆ, ਬਾਕੀ ਦੇ 12 ਪਿੰਡਾਂ ਦਾ ਪ੍ਰੋਗਰਾਮ ਉੱਥੇ ਹੋਊਗਾ। ਆਹੀ ਅਸੀਂ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਹੈ ਵੀ ਇਲੈਕਸ਼ਨਾਂ 2 ਮਹੀਨੇ ਰਹਿ ਗਏ ਇਲੈਕਸ਼ਨਾਂ ਦੇ ਵਿੱਚ, ਅਤੇ ਤਕੜੇ ਹੋ ਕੇ ਦੇਖੋ ਲੋਕ ਮਨ ਬਣਾਈ ਬੈਠੇ ਨੇਗੇ। ਖਾਸ ਕਰਕੇ ਗਰੀਬਾਂ ਨੇ ਆਪਦਾ ਮਨ ਬਣਾ ਲਿਆ ਇੱਥੇ ਕਿ ਅਸੀਂ ਜੇ ਵੋਟ ਪਾਵਾਂਗੇ ਤਾਂ ਬੀਜੇਪੀ ਨੂੰ ਵੋਟ ਪਾਵਾਂਗੇ। ਸਾਡੇ ਤਲਵੰਡੀ ਸਾਹਿਬ ਹਲਕੇ ਵਿੱਚੋਂ ਤਾਂ ਕਿਸਾਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਨੂੰ ਵੋਟ ਪਾਉਣਗੇ, ਕਿਉਂਕਿ ਮੈਨੂੰ ਇੱਥੇ ਆਪਦੇ ਖੁਦ ਮੈਨੂੰ 15 ਸਾਲ ਹੋ ਗਏ ਇੱਥੇ, ਮੈਂ ਕਿਸਾਨਾਂ ਦੇ ਨਾਲ ਰਹਿੰਦਾ ਗਾ, ਮੈਂ ਆਪ ਖੁਦ ਇੱਕ ਕਿਸਾਨ ਹੈਗਾ। ਸੋ ਜਿਹੜੀਆਂ ਸਾਰੀਆਂ ਸਕੀਮਾਂ, ਜਿਹੜੀਆਂ ਸਾਰੀਆਂ ਪੋਲਸੀਆਂ ਬੀਜੇਪੀ ਦੀ ਜਾਂ ਸੈਂਟਰਲ ਲੀਡਰਸ਼ਿਪ ਦੀਆਂ ਪੋਲਸੀਆਂ ਨੇਗੀਆਂ, ਉਹ ਅਸੀਂ ਲੋਕਾਂ ਦੇ ਤੱਕ ਲੈ ਕੇ ਜਾ ਰਹੇ ਹਾਂਗੇ। ਅਤੇ ਇਹਨਾਂ ਨੂੰ ਅਸੀਂ ਜਿਹੜੇ ਆਪਦੇ ਸਾਡੇ ਬੂਥ ਇੰਚਾਰਜ ਨੇਗੇ, ਉਹਨਾਂ ਨੂੰ ਕਹਿ ਰਹੇ ਹਾਂ ਵੀ ਲੋਕਾਂ ਨੂੰ ਪ੍ਰੇਰਿਤ ਕਰਕੇ ਆਪਦੇ ਬੂਥ ਤਕੜੇ ਕਰਨ, ਕਿਉਂਕਿ ਜਿਹਦਾ ਬੂਥ ਤਕੜਾ ਹੈਗਾ ਉਹ 100% ਜਿੱਤੂਗਾ। ਕੀ ਨਾਂ ਹੈ ਸਰ ਤੁਹਾਡਾ? ਅਸ਼ੋਕ ਭਾਰਤੀ, ਪੂਰਵ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ। ਹੁਣ ਮੈਂ ਲੋਕ ਸਭਾ ਦਾ ਇੱਥੋਂ ਦਾ ਕਨਵੀਨਰ ਹੈਗਾ, ਬਠਿੰਡਾ ਲੋਕ ਸਭਾ ਦਾ। ਸਰ, ਚੋਣਾਂ ਸ਼ੁਰੂ ਹੋ ਗਈਆਂ, ਤੁਸੀਂ ਅੱਜ ਪਹਿਲੇ ਸਵਾਲ ਗਿਆ, ਸਰ ਕੀ ਮੁੱਦੇ ਰਹਿਣਗੇ, ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਲੋਕਾਂ ਨੂੰ ਅਸੀਂ ਜਿਹੜੇ ਮੁੱਦੇ ਹੈਗੇ ਹੈ, ਜਿਸ ਤਰ੍ਹਾਂ ਅਸੀਂ ਗਰੀਬ ਲੋਕਾਂ ਵਾਸਤੇ ਅਨਾਜ ਦਿੱਤਾ, ਸਿਲੰਡਰ ਦਿੱਤੇ, ਆਯੁਸ਼ਮਾਨ ਦੀ ਯੋਜਨਾ ਆਈ, ਜਾਂ ਕਿਸਾਨਾਂ ਦੇ ਖਾਤੇ 'ਚ ਪੈਸੇ ਆਏ, ਅਸੀਂ ਜੋ ਵੀ ਤਕਰੀਬਨ 100 ਦੇ ਕਰੀਬ ਵਾਅਦੇ ਕੀਤੇ, ਲੋਕਾਂ ਨੂੰ ਮਕਾਨਾਂ ਵਾਸਤੇ ਵੀ ਪੈਸਾ ਦਿੱਤਾ। ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ, ਅਸੀਂ ਆਪਣੇ ਜੋ ਲੋਕਾਂ ਅੱਗੇ ਕੰਮ ਕੀ ਰੱਖੇ ਕੀਤੇ ਹੈ, ਅਸੀਂ ਉਹ ਕੰਮਾਂ ਨੂੰ ਉਹਨਾਂ ਦੇ ਅੱਗੇ ਰੱਖ ਰਹੇ ਹਾਂ। ਔਰ ਇਸ ਟਾਈਮ ਅਸੀਂ ਪੂਰੇ ਦੇਸ਼ ਦੇ ਵਿੱਚ ਜਿਹੜੇ ਹੈਗੇ ਬੂਥ ਸੰਮੇਲਨ ਕਰ ਰਹੇ ਹਾਂ, ਔਰ ਪੰਜਾਬ ਦੇ ਵਿੱਚ ਪੂਰੇ ਬੂਥ ਸੰਮੇਲਨ ਕਾਮਯਾਬ ਹੋ ਰਹੇ ਹੈ। ਉੱਧਰ ਇਸ ਸੰਬੰਧੀ ਬੂਥ ਪ੍ਰਧਾਨਾਂ ਦਾ ਕੀ ਕਹਿਣਾ ਸੀ, ਉਹ ਵੀ ਤੁਹਾਨੂੰ ਸੁਣਾਉਣੇ ਆ। ਹਾਂਜੀ, ਮੇਰਾ ਨਾਮ ਪਰਮਜੀਤ ਸਮਾਗ, ਜੀ ਪਿੰਡ ਨੰਗਲਾ। ਕੀ ਕਹਿਣਾ? ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਬੀਜੇਪੀ ਇੱਕ ਗੁੱਡ ਪਾਰਟੀ ਹੈ, ਜਾਣੀ ਕਿ ਵਧੀਆ ਪਾਰਟੀ ਆ, ਵਧੀਆ ਇਹਦੇ ਨਾਲ ਲੋਕ ਜੁੜ ਰਹੇ ਆ, ਔਰਤਾਂ ਵਧੀਆ ਜੁੜ ਰਹੀਆਂ, ਕਿਉਂਕਿ ਝਾੜੂ ਵਾਲਿਆਂ ਨੇ ਵਾਅਦਾ ਕਰਕੇ ਪੂਰਾ ਨਹੀਂ ਕੀਤਾ ਸੀਗਾ, ਪਰ ਬੀਜੇਪੀ ਨੇ ਆਪਣੇ ਵਾਅਦੇ ਸਾਰੇ ਪੂਰੇ ਕੀਤੇ ਆ, ਕਿ ਵਧੀਆ ਸਹੂਲਤਾਂ ਦਿੱਤੀਆਂ, 2-2 ਹਜ਼ਾਰ ਰੁਪਇਆ ਦੇ ਰਹੇ ਆ, ਅਤੇ ਸਾਡੇ ਵੱਲੋਂ ਫੁੱਲ ਸਪੋਰਟ ਹੈ, ਕਿਉਂ ਵਧੀਆ ਪਾਰਟੀ ਹੈ ਇਹ। ਹਾਂਜੀ, ਸਭ ਬਹੁਤ ਸਾਰੀਆਂ ਔਰਤਾਂ ਵੀ ਜੁੜੀਆਂ ਹੋਈਆਂ ਨਾ, ਕਿਉਂਕਿ ਮੈਂ ਵੀ ਇੱਕ ਪ੍ਰਧਾਨ ਹਾਂ, ਅਤੇ ਬਹੁਤ ਵਧੀਆ ਮੇਰੇ ਨਾਲ ਸਾਰੀਆਂ ਔਰਤਾਂ ਜੁੜੀਆਂ ਹੋਈਆਂ, ਸਾਡਾ ਬੂਥ ਵਧੀਆ, ਅਤੇ ਅੱਗੇ ਵੀ ਬੀਜੇਪੀ ਨੇ ਹੀ ਆਉਣਾ ਗਾ, ਅਤੇ ਅਸੀਂ ਲਿਆ ਕੇ ਹੀ ਰਹਾਂ। ਬਠਿੰਡਾ ਲੋਕ ਸਭਾ ਤੋਂ ਕੌਣ ਕਾਮਯਾਬ ਹੁੰਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤਲਵੰਡੀ ਸਾਬੋ ਤੋਂ ਲਖਵਿੰਦਰ ਨਥੇਹਾ ਦੀ ਵਿਸ਼ੇਸ਼ ਰਿਪੋਰਟ।